ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ। ਮੈਂ ਆ ਭਵਨੀਤ ਕੌਰ। ਨਜ਼ਰ ਪਾਉਂਦੇ ਆ ਦੇਸ਼ ਦੀਆਂ 25 ਵੱਡੀਆਂ ਖਬਰਾਂ ਤੇ। ਪਾਕਿਸਤਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ SCO ਮੀਟਿੰਗ ਲਈ ਦਿੱਤਾ ਸੱਦਾ। 15 ਅਤੇ 16 ਅਕਤੂਬਰ ਨੂੰ ਇਸਲਾਮਾਬਾਦ ਵਿੱਚ ਹੋਵੇਗੀ ਮੀਟਿੰਗ। ਜੰਮੂ ਕਸ਼ਮੀਰ ਦੀਆਂ 50 ਸੀਟਾਂ ਤੇ ਪ੍ਰਧਾਨ ਮੰਤਰੀ ਮੋਦੀ, ਅਮਿਤ ਸ਼ਾਹ, JP ਨੱਡਾ ਨੇ ਕੀਤੀ ਚਰਚਾ। ਹਰਿਆਣਾ ਚੋਣਾਂ ਬਾਰੇ ਜਲਦ ਹੋਵੇਗੀ ਅਹਿਮ ਬੈਠਕ। ਭਾਜਪਾ ਨੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਲਈ 44 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ। ਅਰਸ਼ਦ ਭੱਟ ਰਾਜਪੋਰਾ ਤੋਂ ਲੜਨਗੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ। ਕਸ਼ਮੀਰੀ ਹਿੰਦੂ ਅਸ਼ੋਕ ਭੱਟ ਨੂੰ ਸ੍ਰੀਨਗਰ ਤੋਂ ਉਤਾਰਿਆ ਗਿਆ ਚੋਣ ਮੈਦਾਨ ਵਿੱਚ। ਸਈਦ ਵਜਾਹਤ ਅਨੰਤਨਾਗ, ਸ਼ਗੁਨ ਪਰਿਹਾਰ ਅਤੇ ਗਜੇ ਸਿੰਘ ਰਾਣਾ ਡੋਡਾ ਤੋਂ ਲੜਨਗੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਦੇ ਜਲਗਾਓਂ ਵਿੱਚ ਲਖਪਤੀ ਦੀਦੀ ਪ੍ਰੋਗਰਾਮ ਵਿੱਚ ਕੀਤੀ ਸ਼ਿਰਕਤ। ਕਿਹਾ, ਔਰਤਾਂ ਖਿਲਾਫ਼ ਅਪਰਾਧ ਮਾਫੀਯੋਗ ਨਹੀਂ ਹਨ, ਦੋਸ਼ੀਆਂ ਨੂੰ ਬਖਸ਼ਣਾ ਨਹੀਂ ਚਾਹੀਦਾ। ਬਦਲਾਪੁਰ ਵਿੱਚ 4 ਸਾਲ ਦੀ ਬੱਚੀ ਦੇ ਯੌਣ ਸ਼ੋਸ਼ਣ ਤੇ ਅਦਾਲਤ ਨੇ ਦਿਖਾਈ ਸਖ਼ਤੀ, ਦੋਸ਼ੀ ਨੂੰ ਭੇਜਿਆ 14 ਦਿਨਾਂ ਲਈ ਨਿਆਇਕ ਹਿਰਾਸਤ ਵਿੱਚ। ਪ੍ਰਧਾਨ ਮੰਤਰੀ ਮੋਦੀ ਨੇ ਮੁਜ਼ੱਫਰਪੁਰ ਦੀ ਬੈਂਕ ਸਖੀ ਨਾਲ ਕੀਤੀ ਗੱਲਬਾਤ। ਆਮਦਨ ਦੇ ਸਵਾਲ ਤੇ ਗੁੰਜਨ ਨੇ ਕਿਹਾ, ਕਰਾਂਗੀ ਦੁੱਗਣੀ ਮਿਹਨਤ। ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਵਿੱਚ 5 ਨਵੇਂ ਜ਼ਿਲ੍ਹੇ ਬਣਾਉਣ ਤੇ ਮਿਲੀ ਮਨਜ਼ੂਰੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤਾ ਐਲਾਨ। ਹਰਿਆਣਾ ਵਿੱਚ ਬਦਲ ਸਕਦੀ ਹੈ ਚੋਣਾਂ ਦੀ ਤਾਰੀਕ। 1 ਅਕਤੂਬਰ ਦੀ ਬਜਾਏ 6 ਦਿਨ ਬਾਅਦ ਵੋਟਿੰਗ ਸੰਭਵ। ਭਾਜਪਾ INLD ਦੀ ਮੰਗ ਤੇ ਵਿਚਾਰ ਕਰੇਗਾ ਚੋਣ ਕਮਿਸ਼ਨ। ਫਰੀਦਾਬਾਦ ਵਿੱਚ ਗਰਜਿਆ ਬ੍ਰਾਹਮਣ ਭਾਈਚਾਰਾ। ਨੇਤਾ ਨੇ ਕਿਹਾ, ਮੁੱਖ ਮੰਤਰੀ ਦਾ ਚਿਹਰਾ ਸਾਡੇ ਭਾਈਚਾਰੇ ਦਾ ਹੋਣਾ ਚਾਹੀਦਾ ਹੈ। ਕਾਂਗਰਸ ਭਾਜਪਾ ਨੂੰ ਚੇਤਾਵਨੀ। ਕਿਹਾ, ਦਬਾਉਣਗੇ ਨੋਟਾ ਦਾ ਬਟਨ। ਤੇਜਸਵੀ ਯਾਦਵ ਦੇ ਵਿਕਾਸ ਬਿਆਨ ਤੇ ਪ੍ਰਸ਼ਾਂਤ ਕਿਸ਼ੋਰ ਨੇ ਕੱਸਿਆ ਤੰਜ਼। ਕਿਹਾ ਕਿ ਬਿਹਾਰ ਪਹਿਲਾ ਸਵਿਟਜ਼ਰਲੈਂਡ ਸੀ, GDP ਵੀ ਨਹੀਂ ਜਾਣਦੇ। ਸੀਐਮ ਯੋਗੀ ਨੇ ਜਨਮ ਅਸ਼ਟਮੀ ਦੀ ਸੂਬੇ ਦੇ ਲੋਕਾਂ ਨੂੰ ਦਿੱਤੀ ਵਧਾਈ। ਯੋਗੀ ਰਾਜ ਕ੍ਰਿਸ਼ਨ ਅੱਗੇ ਟੇਕਿਆ ਮੱਥਾ, ਠਾਕੁਰ ਕੇਸ਼ਵ ਦੇਵ ਦੀ ਕੀਤੀ ਪੂਜਾ। ਸੀਐਮ ਯੋਗੀ ਨੇ ਬੰਗਲਾਦੇਸ਼ ਵਿੱਚ ਹਿੰਦੂਆਂ ਤੇ ਹੋ ਰਹੇ ਅਤਿਆਚਾਰ ਖਿਲਾਫ਼ ਵਿਰੋਧੀ ਧਿਰ ਦੀ ਚੁੱਪੀ ਤੇ ਉਠਾਏ ਸਵਾਲ। ਇਲਜ਼ਾਮ ਲਗਾਉਂਦੇ ਕਿਹਾ ਕਿ ਵਿਰੋਧੀ ਧਿਰ ਨੂੰ ਬੰਗਲਾਦੇਸ਼ ਦੇ ਮੁੱਦੇ ਤੇ ਬੋਲਣ ਨਾਲ ਆਪਣਾ ਵੋਟ ਬੈਂਕ ਗਵਾਉਣ ਦਾ ਹੈ ਡਰ। ਭਾਰਤੀ ਜਲ ਸੈਨਾ ਦਾ ਜੰਗੀ ਬੇੜਾ INS ਮੁੰਬਈ 3 ਦਿਨਾਂ ਦੇ ਦੌਰੇ ਤੇ ਪੁੱਜੇਗਾ ਕੋਲੰਬੋ। INS ਮੁੰਬਈ ਦੀ ਇਹ ਪਹਿਲੀ ਫੇਰੀ ਅਤੇ 2024 ਵਿੱਚ ਭਾਰਤੀ ਜਲ ਸੈਨਾ ਦੇ ਜਹਾਜ਼ ਦੀ ਸ਼੍ਰੀਲੰਕਾ ਦੀ ਹੈ 8ਵੀਂ ਫੇਰੀ। ਇਜ਼ਰਾਈਲ ਹਮਾਸ ਜੰਗ ਨੂੰ ਲੈ ਕੇ JDU ਦੇ ਜਨਰਲ ਸਕੱਤਰ KC ਤਿਆਗੀ ਨੇ ਕੀਤੀ ਅਪੀਲ। ਕਿਹਾ, ਕੇਂਦਰ ਸਰਕਾਰ ਨੂੰ ਇਜ਼ਰਾਈਲ ਦੀ ਨਹੀਂ ਕਰਨੀ ਚਾਹੀਦੀ ਮਦਦ ਅਤੇ ਦਿੱਤੀ ਜਾ ਰਹੀ ਫੌਜੀ ਸਹਾਇਤਾ ਤੇ ਵੀ ਲਗਾਉਣੀ ਚਾਹੀਦੀ ਹੈ ਰੋਕ। ਕਲਕੱਤਾ ਸਮੇਤ ਪੂਰੇ ਸੂਬੇ ਵਿੱਚ ਸੜਕ ਜਾਮ, ਹੋ ਰਹੇ ਪ੍ਰਦਰਸ਼ਨ, ਥਾਣਿਆਂ ਦੀ ਘੇਰਾਬੰਦੀ। ਸਿਹਤ ਨਿਰਮਾਣ ਮੁਹਿੰਮ ਤੋਂ ਬਾਅਦ ਭਾਜਪਾ ਨੇ ਅਗਲੇ ਕੁਝ ਦਿਨਾਂ ਲਈ ਵੱਡੇ ਪ੍ਰੋਗਰਾਮ ਦਾ ਕੀਤਾ ਐਲਾਨ। ਆਰਜੀਕਰ ਕਾਲਜ ਭ੍ਰਿਸ਼ਟਾਚਾਰ ਮਾਮਲੇ ਵਿੱਚ CBI ਨੇ ਕੀਤੀ ਵੱਡੀ ਕਾਰਵਾਈ। ਕਲਕੱਤਾ ਵਿੱਚ ਛਾਪੇਮਾਰੀ ਦੌਰਾਨ CBI ਨੂੰ ਮਿਲੇ ਡਿਜੀਟਲ ਸਬੂਤ। ਰੇਣੂਕਾ ਸਵਾਮੀ ਕਤਲ ਕੇਸ, ਅਦਾਕਾਰ ਦਰਸ਼ਨ ਨੂੰ ਜੇਲ੍ਹ ਵਿੱਚ VIP ਟ੍ਰੀਟਮੈਂਟ ਦੇਣ ਵਾਲੇ 7 ਅਧਿਕਾਰੀ ਮੁਅੱਤਲ, ਸੁਰੱਖਿਆ ਵਿੱਚ ਸੀ ਕਮੀ। ਮਹਾਰਾਸ਼ਟਰ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਵਸੰਤ ਚੌਹਾਨ ਦਾ ਹੋਇਆ ਦੇਹਾਂਤ, ਲੰਬੇ ਸਮੇਂ ਤੋਂ ਚੱਲ ਰਹੇ ਸਨ ਬਿਮਾਰ।
ਅਜਮੇਰ ਦਿੱਲੀ ਐਕਸਪ੍ਰੈਸ ਹਾਈਵੇ ਤੇ ਦੋ ਟਰਾਲੇ ਅਤੇ ਇੱਕ ਟੈਂਕਰ ਦੀ ਟੱਕਰ, ਗੱਡੀ ਦਾ ਡਰਾਈਵਰ ਅਤੇ ਆਪਰੇਟਰ ਸੜੇ ਜ਼ਿੰਦਾ। ਉੱਤਰਾਖੰਡ ਵਿੱਚ ਹੋ ਰਹੀ SI ਭਰਤੀ, PET ਪ੍ਰੀਖਿਆ ਲਈ ਐਡਮਿਟ ਕਾਰਡ ਕੀਤਾ ਗਿਆ ਜਾਰੀ। ਆਸਟ੍ਰੇਲੀਆ ਨੇ ਮਹਿਲਾ T20 ਵਿਸ਼ਵ ਕੱਪ 2024 ਲਈ ਟੀਮ ਦਾ ਕੀਤਾ ਐਲਾਨ। ਗੁਜਰਾਤ ਵਿੱਚ ਭਾਰੀ ਮੀਂਹ ਨੇ ਮਚਾਈ ਤਬਾਹੀ, 7 ਜ਼ਿਲ੍ਹਿਆਂ ਵਿੱਚ ਅੱਜ ਵੀ ਰੈੱਡ ਅਲਰਟ ਜਾਰੀ। ਦੇਸ਼ ਵਿਦੇਸ਼ ਦੀਆਂ ਖਬਰਾਂ ਲਈ ਜੁੜੇ ਰਹੋ ਜਗਬਾਣੀ TV ਦੇ ਨਾਲ।